ਰਜਪਾਲ ਕੌਰ ਗਿਲ ਦੀ ਪੁਸਤਕ ਟਾਣਿਓ ਟੁੱਟੇ ਦੀ ਕਹਾਣੀ ਹੈ ਤਾਂ ਫੇਰ ਕੀ ਕਰਾਂਗੇ ਮਈ ਦੇ ਮਹੀਨੇ ਦਾ ਸੁਹਾਵਣਾ ਜਿਹਾ ਦਿਨ ਸੀ ਨਾ ਬਹੁਤੀ ਗਰਮੀ ਤੇ ਨਾ ਹੀ ਬਹੁਤੀ ਠੰਡ ਸੀ ਸਵੇਰ ਦੀ 15 ਮਿੰਟ ਦੀ ਰਿਸੈਸ ਦੇ ਦੌਰਾਨ ਮੇਰੀ ਡਿਊਟੀ ਬਾਹਰ ਬੱਚਿਆਂ ਨਾਲ ਗਰਾਊਂਡ 'ਚ ਲੱਗ ਗਈ ਸੀ ਮੈਂ ਬਾਹਰ ਖੜੀ ਉੱਪਰ ਬੱਚਿਆਂ ਨੂੰ ਖੇਡਦਿਆਂ ਦੇਖ ਰਹੀ ਸੀ ਇੱਕ ਬੱਚੇ ਨੇ ਮੇਰਾ ਧਿਆਨ ਸੜਕ 'ਤੇ ਖੜੀ ਕੌਰਤਵਲ ਤੋਂ ਆਇਆ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਕੋਲੋਂ ਪੜ ਕੇ ਗਏ ਦੋ ਗ੍ਰੇਡ ਦੇ ਵਿਦਿਆਰਥੀ জর্জ ਦੀ ਮਾਂ ਖੜੀ ਸੀ ਉਸ ਨਾਲ ਮੇਰੀ ਕਾਫੀ ਨੇੜੇ ਦੀ ਸਾਂਝ ਪੈ ਗਈ ਸੀ ਕਿਉਂਕਿ ਉਹ ਜਮੈਕਾ ਵਿੱਚ ਇੰਡੀਆ ਤੋਂ ਗਈ ਹਿੰਦੂ ਪਰਿਵਾਰ ਦੀ ਧੀ ਸੀ ਜਦੋਂ ਉਹਨੂੰ ਪਤਾ ਲੱਗਾ ਸੀ ਕਿ জর্জ ਦੀ ਟੀਚਰ ਵੀ ਇੰਡੀਅਨ ਹੈ ਤਾਂ ਸਾਡੀ ਆਪਸ 'ਚ ਕਾਫੀ ਨੇੜਤਾ ਹੋ ਗਈ জর্জ ਤੇ ਵੀ ਇਸ ਗੱਲ ਦਾ ਕਾਫੀ ਅਸਰ ਸੀ ਕਿ ਉਹ ਮੈਨੂੰ ਆਪਣੀ ਆਂਟੀ ਸਮਝਦਾ ਸੀ ਜਾਰਜ ਦੀ ਮਾਂ ਮੇਰੇ ਨਾਲ ਗੱਲ ਕਰਨ ਦੀ ਤੰਗ ਚ ਨਜ਼ਰ ਆ ਰਹੀ ਸੀ ਦੇਖਦਿਆਂ ਸਾਰੀ ਉਹਨੇ ਮੈਨੂੰ ਕੁੱਟ ਕੇ ਜੱਫੀ ਪਾ ਲਈ ਨਾਲ ਹੀ ਉਹਦੀਆਂ ਅੱਖਾਂ 'ਚ ਅਥਰੂ ਆ ਗਏ ਮੈਂ ਸੋਚਿਆ ਚਿਰਾਂ ਬਾਅਦ ਮਿਲੀ ਹੈ ਹੋ ਸਕਦਾ ਹੈ ਖੁਸ਼ੀ ਦੇ ਅਥਰੂ ਹੋਣ ਕਿਉਂਕਿ ਮੇਰੀਆਂ ਅੱਖਾਂ 'ਚ ਵੀ ਕਈ ਵਾਰ ਜ਼ਿਆਦਾ ਖੁਸ਼ੀ ਸਮੇਂ ਅਕਸਰ ਅਥਰੂ ਆ ਹੀ ਜਾਂਦੇ ਸਨ ਉਹਦੇ ਅਥਰੂਆਂ ਨੂੰ ਅੰਗੋਲੀਆਂ ਕਰਦੀ ਹੋਈ ਮੈਂ ਉਹਨੂੰ ਸੁੱਖ-ਸਾਂਤ ਪੁੱਛਣੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਮੈਂ ਪੁੱਛਿਆ ਜਾਰਜ ਦਾ ਕੀ ਹਾਲ ਹੈ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹਨੇ ਕਿਹਾ ਮੈਂ ਪਿਛਲੇ ਹਫਤੇ ਤੁਹਾਡੇ ਸਕੂਲ ਦੇ ਦਫ਼ਤਰ ਗਈ ਸੀ ਤੇ ਮੈਨੂੰ ਪਤਾ ਲੱਗਿਆ ਕਿ ਹੁਣ ਤੂੰ 6ਵੀਂ ਨੂੰ ਪੜਾ ਰਹੀ ਹੈ ਕਿ ਤੂੰ ਅਗਲੇ ਸਾਲ ਵੀ 6ਵੀਂ ਨੂੰ ਹੀ ਪੜਾਉਣਾ ਹੈ ਮੈਂ ਕਿਹਾ ਹਾਂ ਮੈਂ ਅਗਲੇ ਸਾਲ ਵੀ 6ਵੀਂ ਨੂੰ ਹੀ ਪੜਾਉਣਾ ਹੈ ਕਿਉਂਕਿ 15 ਅਪ੍ਰੈਲ ਤੱਕ ਹੀ ਸਾਰੇ ਅਧਿਆਪਕਾਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਹ ਅਗਲੇ ਸਾਲ ਕਿਸ ਕਲਾਸ ਨੂੰ ਪੜ੍ਹਾਉਣਗੇ ਉਹਨੇ ਕਿਹਾ ਕਿ ਮੈਂ ਜਾਰਜ ਨੂੰ ਵਾਪਸ ਤੇਰੇ ਕੋਲ ਲਿਆਉਣਾ ਚਾਹੁੰਦੀ ਹਾਂ ਮੈਂ ਉਹਨੂੰ ਪੁੱਛਿਆ ਜਿਸ ਸਕੂਲ ਤੋਂ ਚਲਾ ਗਿਆ ਸੀ ਉੱਥੇ ਕੀ ਗੱਲ ਹੋ ਗਈ ਕੈਨ ਲੱਗੀ ਸਕੂਲ ਨੂੰ ਤਾਂ ਕੁਝ ਨਹੀਂ ਹੋਇਆ ਉਹ ਸਕੂਲ ਜੋਰਜ ਦੇ ਡੈਡੀ ਜੋ ਤੈਨੂੰ ਪਤਾ ਹੀ ਹੈ ਸਾਡੇ ਨਾਲੋਂ ਵੱਖਰਾ ਰਹਿੰਦਾ ਸੀ ਦੇ ਘਰ ਦੇ ਨੇੜੇ ਸੀ ਇਸ ਤੋਂ ਅੱਗੇ ਉਹਨੇ ਠੰਡਾ ਹੋਕਾ ਲਿਆ ਤੇ ਕਹਿਣ ਲੱਗੀ ਮੈਂ ਜੋਰਜ ਨੂੰ ਉਸ ਸਕੂਲ ਦੇ ਨਾਲ ਉਹਦੇ ਡੈਡੀ ਦੇ ਘਰ ਭੇਜ ਕੇ ਆਪਣੇ ਪੈਰਾਂ ਤੇ ਆਪ ਕਹੜਾ ਮਾਰਿਆ ਮੈਂ ਪੁੱਛਿਆ ਕਿਉਂ ਕੀ ਹੋਇਆ ਉਹਨੇ ਕਿ ਆ ਪੁੱਤ ਨਾ ਬੜੀ ਲੰਬੀ ਚੌੜੀ ਗੱਲਬਾਤ ਹੈ ਕਿਤੇ ਫੇਰ ਦੱਸਾਂਗੀ ਤੂੰ ਦੱਸ ਕੇ ਜੋਰਜ ਨੂੰ ਆਪਣੀ ਕਲਾਸ 'ਚ ਲਵਾਂਗੀ ਕਿ ਨਹੀਂ ਮੈਂ ਕਿਹਾ ਜ਼ਰੂਰ ਇੰਨੇ ਨੂੰ ਸਕੂਲ ਦੀ ਘੰਟੀ ਵੱਜ ਗਈ ਮੈਂ ਜੋਰਜ ਦੀ ਮਾਂ ਨੂੰ ਮਾਫ਼ ਕਰਨਾ ਕਹਿ ਕੇ ਬੱਚਿਆਂ ਦੇ ਨਾਲ ਸਕੂਲ ਦੇ ਅੰਦਰ ਆ ਗਈ ਸਕੂਲ ਦੇ ਅੰਦਰ ਵੜਨ ਤੋਂ ਪਹਿਲਾਂ ਮੈਂ ਜੋਰਜ ਦੀ ਮਾਂ ਵਾਲੀ ਇੱਕ ਵਾਰ ਫੇਰ ਮੋਹ ਨਾਲ ਦੇਖਿਆ ਉਹ ਕੁਝ ਪਲ ਲਈ ਪੱਥਰ ਦੀ ਤਰ੍ਹਾਂ ਉੱਥੇ ਹੀ ਖੜੀ ਰਹੀ ਫਿਰ ਪੈਰ ਕੜੀਸ ਦੀ ਹੋਈ ਆਹਸਤਾ ਆਹਸਤਾ ਤੁਰ ਗਈ ਕਈ ਵਾਰ ਉਸ ਤੋਂ ਬਾਅਦ ਮੈਂ ਸੋਚਣ ਲਈ ਮਜਬੂਰ ਹੋਈ ਕਿ ਜੋਰਜ ਨੂੰ ਕੀ ਹੋਇਆ ਹੋਵੇਗਾ ਫਿਰ ਸੋਚਦੀ ਪਤਾ ਨਹੀਂ ਪਤਾ ਲੱਗ ਜਾਏਗਾ ਜਦੋਂ ਸਤੰਬਰ ਤੋਂ ਫੇਰ ਮੇਰੇ ਕੋਲ ਆ ਜਾਏਗਾ ਉੰਜ ਪੜਨ ਨੂੰ ਤਾਂ ਬਥੇਰਾ ਹੁਸ਼ਿਆਰ ਸੀ ਜੂਨ ਦੇ ਅਖੀਰਲੇ ਹਫਤੇ ਮੈਨੂੰ ਆਪਣੀ ਅਗਲੀ ਕਲਾਸ ਦੇ ਬੱਚਿਆਂ ਦੇ ਨਾਂ ਦੀ ਲਿਸਟ ਮਿਲ ਗਈ জর্জ ਦਾ ਨਾਮ ਮੇਰੀ ਲਿਸਟ ਵਿੱਚ ਨਹੀਂ ਸੀ ਪਰ ਲਿਸਟ ਦੇ ਅਖੀਰ ਤੇ ਹੱਥ ਲਿਖਤ ਵਿੱਚ ਨੋਟ ਲਿਖਿਆ ਹੋਇਆ ਸੀ ਕਿ জর্জ ਦਾ ਨਾਮ ਵੀ ਆਪਣੀ ਲਿਸਟ ਵਿੱਚ ਲਿਖ ਲੈਣਾ ਲਿਸਟ ਲੈ ਕੇ ਮੈਂ ਆਪਣੀ ਫਾਈਲ ਵਿੱਚ ਰੱਖ ਲਈ ਕਿ ਸਤੰਬਰ ਤੱਕ ਅੱਪੇ ਆਫਿਸ ਵਾਲੇ জর্জ ਦਾ ਨਾਮ ਵੀ ਨਵੀਂ ਲਿਸਟ ਵਿੱਚ ਲਿਖ ਦੇਣਗੇ ਸਤੰਬਰ ਦੇ ਪਹਿਲੇ ਹਫਤੇ ਸਕੂਲ ਸ਼ੁਰੂ ਹੋਣ ਵਾਲੇ ਦਿਨ জর্জ ਦਾ ਨਾਮ ਵੀ ਮੇਰੀ ਲਿਸਟ ਵਿੱਚ ਸੀ ਤੇ ਜਦੋਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਵੱਡੇ ਸਾਰੇ ਚਾਰਟ ਪੇਪਰ ਤੇ ਸਾਰੇ ਬੱਚਿਆਂ ਦੇ ਨਾਂ ਲਿਖ ਕੇ ਬਾਹਰ ਲੈ ਕੇ ਗਈ ਬਹੁਤ ਸਾਰੇ ਬੱਚੇ ਆਪਣਾ ਨਾਮ ਪੜਨ ਲਈ ਚਾਰਟ ਪੇਪਰ ਦੇ ਨੇੜੇ ਆ ਗਏ ਮੈਂ ਸਾਰੇ ਬੱਚਿਆਂ ਨੂੰ ਆਪਣੇ ਚਾਰਟ ਪੇਪਰ ਨੂੰ ਦੇ ਸਾਹਮਣੇ ਲਾਈਨ ਬਣਾ ਕੇ ਖੜੇ ਹੋਣ ਲਈ ਕਿਹਾ ਉਹਨਾਂ ਬੱਚਿਆਂ ਵਿੱਚੋਂ জর্জ ਵੀ ਅਖੀਰ ਤੇ ਜਾ ਕੇ ਲਾਈਨ 'ਚ ਖੜਾ ਸੀ ਉਹਦੇ ਵਾਲ ਪਹਿਲਾਂ ਵਾਂਗ ਲੰਬੇ ਨਹੀਂ ਸਨ ਬਹੁਤ ਰਗੜ ਕੇ ਕੱਟੇ ਹੋਏ ਸਨ ਉਹਦੇ ਅੱਗੇ ਖੜੇ ਲੜਕੇ ਸਾਹਮਣੇ ਮੇਰੇ ਕੋਲ ਆ ਕੇ ਕਿਹਾ ਤਾਨੂੰ ਪਤਾ ਲੱਗਿਆ ਕਿ ਕੌਣ ਆਇਆ ਉਹਨੇ ਮੇਰਾ ਧਿਆਨ ਜੋਰਜ ਵੱਲ ਦਿਵਾਇਆ ਸैम ਦੂਸਰੀ ਕਲਾਸ ਵਿੱਚ ਵੀ ਉਹਦੇ ਨਾਲ ਹੀ ਪੜਦਾ ਸੀ ਜੋਰਜ ਨੇ ਮੈਨੂੰ ਮਿਲਣ ਦੀ ਕੋਈ ਉਤਸੁਕਤਾ ਨਾ ਦਿਖਾਈ ਮੈਂ ਸੋਚਦੀ ਸੀ ਕਿ ਉਹ ਮੈਨੂੰ ਦੇਖ ਕੇ ਖੁਸ਼ ਹੋਏਗਾ ਜਾਂ ਕੁਝ ਕਹੇਗਾ ਪਰ ਜਿਆ ਨਾ ਹੋਇਆ ਜੋਰਜ ਲਾਈਨ ਦੇ ਅਖੀਰ 'ਚ ਨਿਵੀਂ ਪਾਈ ਖੜਾ ਸੀ ਜਿਵੇਂ ਮੇਰੇ ਨਾਲ ਅੱਖਾਂ ਮਿਲਾਉਣ ਤੋਂ ਡਰ ਰਿਹਾ ਹੋਵੇ ਤੇ ਨਾ ਹੀ ਉਹ ਕਿਸੇ ਹੋਰ ਨਾਲ ਕੋਈ ਗੱਲਬਾਤ ਕਰ ਰਿਹਾ ਸੀ ਸਾਰੇ ਬੱਚਿਆਂ ਨਾਲ ਕੰਟੀ ਵੱਜਣ ਤੇ ਜੋਰਜ ਵੀ ਅੰਦਰ ਆ ਗਿਆ ਪਹਿਲੇ 2 ਦਿਨ ਸਾਰੇ ਬੱਚਿਆਂ ਨੇ ਮੇਰੇ ਕੋਲ ਹੀ ਰਹਿਣਾ ਸੀ ਕਿਉਂਕਿ ਉਹਨਾਂ 2 ਦਿਨਾਂ ਚ ਬੱਚਿਆਂ ਨੂੰ ਸਕੂਲ ਤੇ ਕਲਾਸ ਤੇ ਟਾਈਮ ਟੇਬਲ ਤੇ ਬਾਕੀ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿੱਤੀ ਜਾਣੀ ਸੀ ਤੀਸਰੇ ਦਿਨ ਬੱਚਿਆਂ ਨੇ ਬਾਕੀ ਪੀਰੀਅਡ ਸਾਇੰਸ ਫਿਜ਼ਿਕ ਫਿਜ਼ੀਕਲ এডਿਕੇਸ਼ਨ ਫਰੈਂਚ ਦੇ ਵਿਸ਼ੇ ਪੜ੍ਹਨ ਹੋਰ ਟੀਚਰਾਂ ਕੋਲ ਜਾਣਾ ਸੀ ਤੇ ਮੈਂ ਸਿਰਫ ਉਹਨਾਂ ਨੂੰ ਇੰਗਲਿਸ਼ ਹਿਸਾਬ ਤੇ ਸੋਸ਼ਲ ਸਟੱਡੀਜ਼ ਪੜਾਉਣੀ ਸੀ ਦੋਵੇਂ ਦਿਨ ਜੋਰਜ ਨੇ ਆਖੁੱਝੀ ਕਰਕੇ ਮੇਰੇ ਵੱਲ ਨਾ ਦੇਖਿਆ ਤੇ ਨਾ ਹੀ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਾ। ਪਹਿਲੇ ਦਿਨ ਬੱਚਿਆਂ ਨੂੰ ਉਹਨਾਂ ਦਾ ਟਾਈਮ ਟੇਬਲ ਦਿੱਤਾ ਗਿਆ। ਉਹ ਸਭ ਪੇਪਰਾਂ ਦੇ ਨਾਲ ਟਾਈਮ ਟਾਈਮ ਟੇਬਲ ਵੀ ਆਪਣੇ ਡੈਸਕ ਵਿੱਚ ਹੀ ਛੱਡ ਕੇ ਘਰ ਚਲਾ ਗਿਆ। ਦੋਵੇਂ ਦਿਨ ਬੈਠਾ ਪੈਨਸਲਾਂ ਦੇ ਟੁੱਟੇ ਕਰਕੇ ਬਾਕੀ ਨਿਆਣਿਆਂ ਵੱਲ ਸੁੱਟੀ ਗਿਆ ਜਾਂ ਪੇਪਰ ਪੜ੍ਹ-ਪੜ੍ਹ ਕੇ ਨੋਟ ਲਿਖ ਕੇ ਨਿਆਣਿਆਂ ਤੇ ਸੁੱਟੀ ਗਿਆ। ਬੱਚਿਆਂ ਵੱਲੋਂ ਬਾਰ-ਬਾਰ ਸ਼ਿਕਾਇਤ ਆ ਰਹੀ ਸੀ। ਮੈਂ ਕਈ ਵਾਰ ਜੋਰਜ ਨੂੰ ਤਾੜਨਾ ਕੀਤੀ। ਉਹਨੇ ਅਣਸੁਣੀ ਕਰ ਛੱਡੀ। ਅਖੀਰ ਤੇ ਮੈਂ ਉਹਨੂੰ ਇੱਕ ਨੁੱਕਰ 'ਚ ਅਖੀਰ ਤੇ ਦਰਵਾਜ਼ੇ ਕੋਲੇ ਕੱਲਾ ਕਰਕੇ ਬਿਠਾ ਦਿੱਤਾ। ਉੱਥੇ ਵੀ ਬੈਠਾ ਪੈਨਸਲਾਂ ਤੋੜਦਾ, ਪੇਪਰ ਪਾੜਦਾ ਰਿਹਾ। ਤੀਸਰੇ ਦਿਨ ਜਦੋਂ ਬਾਕੀ ਦੇ ਸਬਜੈਕਟ ਪੜ੍ਹਨ ਲਈ ਉਹ ਦੂਸਰੇ ਟੀਚਰਾਂ ਕੋਲ ਗਿਆ ਤਾਂ ਉਹਨਾਂ ਨੇ ਵੀ ਜ਼ੋਰ ਜ਼ਿਆਦਾ ਚਿੰਤਤ ਹੋ ਕੇ ਦੱਸਿਆ ਕਿ ਉਹਨਾਂ ਦੀਆਂ ਕਲਾਸਾਂ 'ਚ ਵੀ ਉਹ ਬਾਕੀ ਬੱਚਿਆਂ ਨੂੰ ਤੰਗ ਕਰਨ ਤੋਂ ਇਲਾਵਾ ਕੁਝ ਨਹੀਂ ਕਰਦਾ। ਚੌਥੇ ਦਿਨ ਉਹਨੇ ਆਪਣੇ ਨਾਲ ਦੋ ਤਿੰਨ ਬੱਚੇ ਹੋਰ ਵੀ ਰਲ ਆਲੇ ਜਿਨ੍ਹਾਂ ਨੂੰ ਉਹ ਜਾਣਦਾ ਤਾਂ ਪਹਿਲਾਂ ਵੀ ਸੀ ਪਰ ਉਹਨਾਂ ਦਾ ਵਿਹਾਰ ਜੋਰਜ ਵਾਲਾ ਨਹੀਂ ਸੀ ਚੌਥੇ ਦਿਨ ਤੱਕ ਉਹ ਵੀ ਬਾਕੀ ਬੱਚਿਆਂ ਨੂੰ ਨਾ ਪੜਨ ਦੇਣ ਵਿੱਚ ਵੀ ਸ਼ਾਮਲ ਹੋ ਗਏ ਮਰੀਜ਼ ਸੇ ਜਾ ਕੇ ਜੋਰਜ ਦੇ ਕੋਲ ਬਿਨਾਂ ਪੁੱਛੇ ਬੈਠ ਗਿਆ ਤੇ ਉਹਨੇ ਵੀ ਨਾ ਪੜਨ ਦੀ ਨਾ ਪੜਨ ਦੇਣ ਦੀ ਜਿਵੇਂ ਕਸਮ ਖਾ ਲਈ ਹੋਵੇ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜੋਰਜ ਤੇ ਕੋਈ ਅਸਰ ਨਾ ਹੋਇਆ ਮੈਂ ਸੋਚਿਆ ਛੁੱਟੀ ਬਾਦ ਕਲਾਸ ਦੇ ਬੱਚਿਆਂ ਨੂੰ ਘਰ ਭੇਜ ਕੇ ਜੋਰਜ ਨਾਲ ਗੱਲ ਕਰਾਂਗੀ ਸ਼ਾਇਦ ਇਕੱਲਾ ਮੇਰੀ ਗੱਲ ਸੁਣ ਲਵੇ ਪਰ ਘੰਟੀ ਵੱਜਦੀਆਂ ਸਾਰੀਆਂ ਉਹ ਸਭ ਤੋਂ ਪਹਿਲਾਂ ਕਲਾਸ ਤੋਂ ਬਾਹਰ ਹੋ ਗਿਆ ਮੈਨੂੰ ਉਹਨਾਂ ਬੱਚਿਆਂ ਦੀ ਚਿੰਤਾ ਹੋਣ ਲੱਗੀ ਜਿਹੜੇ ਸਕੂਲ ਪੜ੍ਹਨ ਲਈ ਆਉਂਦੇ ਸਨ ਪਰ ਜੋਰਜ ਉਹਨਾਂ ਦਾ ਵਕਤ ਖਰਾਬ ਕਰ ਰਿਹਾ ਸੀ ਦੂਸਰੇ ਦਿਨ ਮੈਂ ਪਹਿਲੇ ਹੀ ਕੋਸ਼ਿਸ਼ ਕਰਕੇ ਜੋਰਜ ਦੇ ਕੋਲ ਲੰਚ ਹੋਣ ਤੋਂ ਪਹਿਲਾਂ ਖੜੀ ਹੋ ਗਈ ਮੈਂ ਸਾਰੇ ਬੱਚਿਆਂ ਨੂੰ ਕਿਹਾ ਤੁਸੀਂ ਲੰਚ ਲਈ ਚਲੇ ਜਾਣ ਤੋਂ ਜੋਰਜ ਨੂੰ ਕੁਝ ਮਿੰਟ ਰੁਕਣ ਲਈ ਕਿਹਾ ਉਹ ਰੁਕ ਗਿਆ ਮੈਂ ਸਾਰੇ ਬੱਚਿਆਂ ਨੂੰ ਕਿਹਾ ਤੁਸੀਂ ਲੰਚ ਲਈ ਚਲੇ ਜਾਓ ਤੇ ਜਾਰਜ ਨੂੰ ਕੁਝ ਮਿੰਟ ਰੁਕਣ ਲਈ ਕਿਹਾ ਉਹ ਰੁਕ ਗਿਆ ਮੈਂ ਉਹਨੂੰ ਕਿਹਾ ਜਾਰਜ ਤੈਨੂੰ ਯਾਦ ਹੈ ਦੂਸਰੀ ਕਲਾਸ ਵੀ ਸ਼ੁਰੂ ਚ ਤੂੰ ਜਿਹਾ ਹੀ ਕਰਦਾ ਸੀ ਜਦੋਂ ਤੇਰੀ ਮੰਮੀ ਮੈਨੂੰ ਮਿਲਣ ਆਈ ਸੀ ਉਹਨੇ ਤੈਨੂੰ ਦੱਸਿਆ ਸੀ ਕਿ ਮੈਂ ਤੇਰੀ ਆਂਟੀ ਲੱਗਦੀਆਂ ਤਾਂ ਤੂੰ ਕਿੰਨਾ ਬਦਲ ਗਿਆ ਸੀ ਤੇ ਤੀਸਰੀ ਵਿੱਚ ਤੂੰ ਗਿਫਟਡ ਟੈਸਟ ਵੀ ਦੇਣ ਦੇ ਯੋਗ ਹੋ ਗਿਆ ਸੀ ਜਾਰਜ ਕਹਿਣ ਲੱਗਾ ਮੈਨੂੰ ਸਾਰਾ ਕੁਝ ਯਾਦ ਹੈ ਕੁਝ ਕੁ ਮਹੀਨੇ ਪਹਿਲਾਂ ਮੈਂ ਆਪਣੀ ਮੰਮੀ ਦੇ ਡੈਡੀ ਮਤਲਬ ਆਪਣੇ ਨਾਨੇ ਨੂੰ ਮਿਲਿਆ ਸੀ ਉਹ ਤਾਂ ਸਿਗਰਟਾਂ ਪਿੰਦਾ ਤੂੰ ਉਹ ਤੇਰਾ ਰਿਸ਼ਤੇਦਾਰ ਹੋ ਹੀ ਨਹੀਂ ਸਕਦਾ ਮੈਂ ਕਿਹਾ ਤੈਨੂੰ ਕਿਵੇਂ ਪਤਾ ਹੈ ਕਿ ਉਹ ਮੇਰਾ ਰਿਸ਼ਤੇਦਾਰ ਨਹੀਂ ਹੋ ਸਕਦਾ জর্জ ਕਹਿਣ ਲੱਗਾ ਮੇਰੀ ਮੰਮੀ ਦਾ ਡੈਡੀ ਇੰਡੀਅਨ ਹਿੰਦੂ ਹੈ ਜੋ ਜਮੈਕਾ ਚ ਬਹੁਤ ਸਿਰ ਪਹਿਲਾਂ ਆਇਆ ਸੀ ਉਹ ਸਿਗਰਟਾਂ ਪੀ ਸਕਦਾ ਹੈ ਤੂੰ ਸਿੱਖ ਹੈ ਤੇ ਸਿੱਖ ਸਿਗਰਟਾਂ ਨਹੀਂ ਪੀ ਸਕਦੇ ਮੈਂ জর্জ ਦੇ ਮੂੰਹal ਵੇਖ ਰਹੀ ਸੀ ਕਿ ਇਹਨੂੰ ਇੰਨਾ ਕੁਝ ਕਿਵੇਂ ਪਤਾ ਹੈ ਤੇ ਕੀ ਇਹ ਉਹੀ জর্জ ਹੈ ਜੋ ਪੜਨਾ ਨਹੀਂ ਚਾਹੁੰਦਾ ਮੈਂ ਪੁੱਛਿਆ ਜਾਰਜ ਨਾ ਤੂੰ ਆਪ ਪੜਦਾ ਨਾ ਹੀ ਦੂਜਿਆਂ ਨੂੰ ਪੜਨ ਦਿੰਦਾ ਤੂੰ ਇੰਨਾ ਸਿਆਣਾ ਬੱਚਾ ਹੋਣ ਦੇ ਬਾਵਜੂਦ ਵੀ ਅਜਿਹਾ ਕਿਉਂ ਕਰਦਾ ਜਾਰਜ ਕਹਿਣ ਲੱਗਾ ਮੈਂ ਦੂਸਰੀ ਕਲਾਸ ਚ ਤੈਨੂੰ ਆਪਣੀ ਅਸਲੀ ਆਂਟੀ ਸਮਝਦਾ ਸੀ ਤੇ ਤੇਰੇ ਕਹਿਣ ਤੇ ਬਦਲ ਗਿਆ ਸੀ ਤੇ ਪੜਾਈ ਕਰਨ ਲੱਗ ਪਿਆ ਸੀ ਹੁਣ ਮੈਂ ਨਹੀਂ ਬਦਲਾਂਗਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਮੈਂ ਆਪਣੀ ਜ਼ਿੰਦਗੀ ਚ ਕੀ ਕਰਨਾ ਮੈਂ ਪੁੱਛਿਆ ਕੀ ਕਰਨਾ ਹੈ ਉਹ ਕਹਿਣ ਲੱਗਾ ਮੈਂ ਤਾਂ ਡਰੱਗ ਵੇਚ ਕੇ ਅਮੀਰ ਬਣਨਾ ਸੁਣਦਿਆਂ ਸੌਰ ਮੇਰੇ ਸਾਰੇ ਚੰਗੇ ਤੇ ਹਦਾਇਤਾਂ ਭਰੇ ਖਿਆਲ ਜਿਹੜਾ ਤੋਂ ਖੜ ਗਏ ਮੈਨੂੰ ਪਤਾ ਨਾ ਲੱਗੇ ਕਿ ਮੈਂ ਇਸ ਤੋਂ ਅੱਗੇ ਜੋਰਜ ਨੂੰ ਕੀ ਕਹਾ ਮੈਂ ਫਿਰ ਕੋਸ਼ਿਸ਼ ਜਾਰੀ ਰੱਖਦੇ ਆ ਕਿਆ ਜੋਰਜ ਤੈਨੂੰ ਪਤਾ ਹੈ ਤੂੰ ਕਿੱਡੀ ਗਲਤ ਗਲਤ ਗੱਲ ਕਹਿ ਰਿਹਾ ਹੈ ਉਹ ਕਹਿਣ ਲੱਗਾ ਮੈਨੂੰ ਸਭ ਕੁਝ ਪਤਾ ਹੈ ਜਿੰਨੇ ਡਾਲਰ ਤੁਸੀਂ ਸਾਲ 'ਚ ਇੰਨੇ ਔਖੇ ਹੋ ਕੇ ਪੜਾ ਕੇ ਕਮਾਉਂਦੇ ਹੋ ਮੈਂ ਇੱਕ ਰਾਤ 'ਚ ਕਮਾ ਲਾਂਗਾ ਇਸ ਤੋਂ ਅੱਗੇ ਮੈਂ ਹੋਰ ਕੁਝ ਨਾ ਪੁੱਛ ਸਕੀ ਤੇ ਜੋਰਜ ਨੂੰ ਕਿਹਾ ਤੂੰ ਜਾ ਮੈਂ ਵੀ ਲੰਚ ਰੂਮ 'ਚ ਚਲੀ ਗਈ ਮੇਰੇ ਕੋਲ ਲੰਚ ਵੀ ਨਾ ਖਾ ਹੋਇਆ ਸੋਚ ਰਹੀ ਸੀ ਇਨੀ ਛੋਟੀ ਉਮਰ ਦੀ জর্জ ਦੀ ਸੋਚ ਨੂੰ ਕਿਸੇ ਨੇ ਇੰਨੇ ਵੱਡੇ ਖੰਭ ਲਗਾ ਦਿੱਤੇ ਹੈ ਜੋ ਕਿ ਹੋਜੀ ਦੁਨੀਆ 'ਚ ਉਡਾਰੀਆਂ ਮਾਰਨ ਲਈ ਤਿਆਰ ਬੈਠਾ ਹੈ ਤੇ ਮੈਂ ਕਿਵੇਂ জর্জ ਨੂੰ ਸਮਝਾਵਾਂ ਮੈਂ ਆਪਣੇ ਆਪ ਨੂੰ ਬੇਵਸਤੇ ਲਾਚਾਰ ਹੁੰਦੇ ਆ ਮਹਿਸੂਸ ਕਰਨ ਲੱਗੀ ਸੋਚਿਆ ਅਜੀ ਛੁੱਟੀ ਤੋਂ ਬਾਅਦ ਪ੍ਰਿੰਸੀਪਲ ਨਾਲ ਗੱਲ ਕਰਾਂਗੀ ਤਾਂ ਕਿ ਉਹਦਾ ਕੋਈ ਹੱਲ ਲੱਭਿਆ ਜਾ ਸਕੇ ਤਾਂ ਕਿ ਮੈਂ জর্জ ਨੂੰ ਸਹੀ ਰਸਤੇ ਲਿਆ ਸਕਾਂ ਛੁੱਟੀ ਤੋਂ ਬਾਅਦ ਮੈਂ ਪ੍ਰਿੰਸੀਪਲ ਨੂੰ ਮਿਲਣ ਉਹਦੇ ਦਫ਼ਤਰ ਚ ਗਈ ਤਾਂ ਉਹਦਾ ਦਰਵਾਜ਼ਾ ਬੰਦ ਸੀ ਸੈਕਟਰੀ ਨੇ ਦੱਸਿਆ ਉਹ ਕਿਸੇ ਬੱਚੇ ਦੇ ਮਾਪਿਆਂ ਨਾਲ ਗੱਲ ਕਰ ਰਹੀ ਹੈ ਮੈਂ ਕੁਛ ਰੁੱਡੀ ਕਰਕੇ ਘਰ ਚਲੀ ਗਈ ਦੂਸਰੇ ਦਿਨ ਜਦੋਂ ਮੈਂ ਸਕੂਲ ਗਈ ਤੇ ਮੇਰੇ ਮੇਲ ਬਾਕਸ ਵਿੱਚ ਪ੍ਰਿੰਸੀਪਲ ਦਾ ਨੋਟ ਪਿਆ ਸੀ ਜਿਸ ਤੇ ਲਿਖਿਆ ਸੀ ਕਿ ਮੈਨੂੰ ਮਿਲੋ ਮੈਂ ਨੋਟ ਕੱਢਿਆ ਪ੍ਰਿੰਸੀਪਲ ਨੂੰ ਮਿਲਣ ਉਹਦੇ ਦਫ਼ਤਰ ਚ ਚਲੀ ਗਈ ਮੇਰੇ ਹੱਥ 'ਚ ਉਹਦਾ ਲਿਖਿਆ ਨੋਟ ਵੇਖ ਕੇ ਉਹ ਸਮਝ ਗਈ ਕਿ ਮੈਨੂੰ ਕੀ ਕਰਨਾ ਹੈ ਉਨੇ ਮੈਨੂੰ ਬੈਠਣ ਲਈ ਕਿਹਾ ਤੇ ਦਰਵਾਜ਼ਾ ਬੰਦ ਕਰਨ ਦੇ ਬਾਅਦ ਉਹ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ। ਉਹਨੇ ਕਹਿਣਾ ਸ਼ੁਰੂ ਕੀਤਾ, "ਕੱਲ ਤੇਰੀ ਕਲਾਸ ਦੇ ਬੱਚੇ ਮਰੀਜ਼ ਤੇ ਮਾਪੇ ਮੇਰੇ ਕੋਲ ਆਏ ਸੀ। ਉਹ ਸ਼ਿਕਾਇਤ ਕਰਨ ਆਏ ਸੀ ਕਿ ਤੇਰੀ ਕਲਾਸ ਦਾ ਬੱਚਾ ਜਾਰਜ ਦੂਜੇ ਬੱਚਿਆਂ ਨਾਲ ਡਰੱਗ ਵੇਚਣ ਦੀਆਂ ਗੱਲਾਂ ਕਰਦਾ ਹੈ। ਤੇ ਮੈਂ ਕੱਲ ਹੀ ਜਾਰਜ ਦੇ ਘਰ ਫੋਨ ਕਰਕੇ ਉਹਦੀ ਮਾਂ ਨੂੰ ਕਿਹਾ ਸੀ ਕਿ ਉਹਨੂੰ ਅੱਜ ਸਕੂਲ ਨਾ ਭੇਜੇ।" ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਕੱਲ ਤੈਨੂੰ ਮਿਲਣ ਆਈ ਸੀ, ਜੋ ਕੁਝ ਜੋਰਜ ਨੇ ਮੈਨੂੰ ਕਿਹਾ ਸੀ ਮੈਂ ਵੀ ਉਸ ਨਾਲ ਸਾਂਝਾ ਕੀਤਾ ਉਹ ਕਹਿਣ ਲੱਗੀ ਮੈਂ ਕੱਲ ਦੀ ਹੀ ਕੋਸ਼ਿਸ਼ ਕਰ ਰਹੀ ਹਾਂ ਕਿ ਜੋਰਜ ਨੂੰ ਕਿਸੇ ਕਾਉਂਸਲਿੰਗ ਵਾਲੇ ਪ੍ਰੋਗਰਾਮ 'ਚ ਭੇਜਿਆ ਜਾਏ ਅਜੇ ਮੈਨੂੰ ਕਿਤੇ ਨਹੀਂ ਮਿਲ ਰਿਹਾ ਅਜੇ ਪ੍ਰੋਗਰਾਮ ਸਕੂਲਾਂ 'ਚ ਬਹੁਤ ਘੱਟ ਹਨ ਤੇ ਇੱਕ ਨਾਲ ਦੇ ਸਕੂਲ ਵਿੱਚ ਹੈ ਜਿਸ 'ਚ ਜਗ੍ਹਾ ਨਹੀਂ ਹੈ ਕਿਉਂਕਿ 10 ਨਾਲ 11 ਬੱਚੇ ਹੀ ਅਜਿਹੇ ਪ੍ਰੋਗਰਾਮ 'ਚ ਲੈ ਜਾਂਦੇ ਹਨ ਮੈਂ ਕਿ ਅੱਜ ਜੋਰਜ ਘਰ ਰਹਿ ਕੇ ਕੀ ਕਰੇਗਾ ਹੋ ਸਕਦਾ ਬਾਹਰ ਤੁਰਿਆ ਫਿਰੇ ਜਾਂ ਟੈਲੀਵਿਜ਼ਨ ਦੇਖਦਾ ਰਹੇ ਉਹ ਕਹਿ ਲਗੀ ਉਹ ਤਾਂ ਠੀਕ ਹੈ ਪਰ ਇੱਥੇ ਵੀ ਉਹਨੂੰ ਕੌਣ ਸੰਭਦਾ ਮੈਂ ਕਿਹਾ ਘਰ ਵੀ ਉਹਨੂੰ ਕੌਣ ਸੰਭੇਗਾ ਇੱਕ ਦਿਨ ਘਰ ਰਹਿਣ ਦੇ ਬਾਅਦ ਉਹ ਵਾਪਸ ਸਕੂਲ ਆ ਗਿਆ ਉਹਨੇ ਆਪਣਾ ਵਿਹਾਰ ਪਹਿਲਾਂ ਵਾਂਗੀ ਕੰਮ ਨਾ ਕਰਨਾ ਦੂਜਿਆਂ ਨੂੰ ਤੰਗ ਕਰਨ ਦਾ ਜਾਰੀ ਰੱਖਿਆ ਮੈਂ ਲੰਚ ਤੋਂ ਬਾਅਦ ਕਈ ਵਾਰ ਉਹਨੂੰ ਲਾਇਬ੍ਰੇਰੀ ਭੇਜ ਦਿੰਦੀ ਕਦੇ ਕੰਪਿਊਟਰ ਲੈਬ ਵਿੱਚ ਜਿੱਥੇ ਜਾਣਾ ਉਹ ਪਸੰਦ ਕਰਦਾ ਸੀ ਕੰਪਿਊਟਰ ਤੇ ਗੇਮਾਂ ਖੇਡਣਾ ਵੀ ਉਹਦਾ ਸ਼ੌਕ ਸੀ ਮੈਂ ਬਹੁਤ ਕੋਸ਼ਿਸ਼ ਕਰਨ ਦੇ ਬਾਅਦ 7-8 ਮਹੀਨਿਆਂ ਬਾਅਦ ਨਾਲ ਦੇ ਸਕੂਲ ਤੇ 6 ਹਫ਼ਤਿਆਂ ਦੀ ਕਾਉਂਸਲਿੰਗ ਪ੍ਰੋਗਰਾਮ 'ਚ ਜੋਰਜ ਲਈ ਜਗ੍ਹਾ ਮਿਲ ਗਈ। ਪ੍ਰਿੰਸੀਪਲ ਨੇ ਦੱਸਿਆ ਜੇ ਪ੍ਰੋਗਰਾਮ ਬਹੁਤ ਘੱਟ ਹੋਣ ਕਰਕੇ ਜਲਦੀ ਜਗ੍ਹਾ ਨਹੀਂ ਮਿਲਦੀ। ਮੈਂ ਸੋਚ ਰਹੀ ਸੀ ਕਿ ਜੇ ਇਹ ਬੱਚਿਆਂ ਦੀ ਮਦਦ ਤਾਂ ਤੁਰੰਤ ਹੋਣ ਲਈ ਉਪਰਾਲੇ ਹੋਣੇ ਚਾਹੀਦੇ ਆ ਪਰ 7-8 ਮਹੀਨੇ ਜੋਰਜ ਦਾ ਕੁਝ ਨਾ ਕਰਨਾ, ਮੇਰਾ ਉਸ ਨਾਲ ਸੰਘਰਸ਼ ਤੇ ਬਾਕੀ ਬੱਚਿਆਂ ਦਾ ਵਕਤ ਖਰਾਬ ਹੋਣਾ, ਇਹ ਸਭ ਕੁਝ ਦਾ ਕੌਣ ਜ਼ਿੰਮੇਵਾਰ ਹੈ? ਸਕੂਲ, ਅਧਿਆਪਕ, ਮਾਪੇ ਜਾਂ ਸਮਾਜ? ਅਜਿਹਾ ਸੋਚਾਂ ਦੀ ਜਦੋਂ ਜੈਦ ਕਰਦਿਆਂ ਸਮਾਂ ਆਪਣੀ ਰਫਤਾਰ ਭੱਜਾ ਜਾ ਰਿਹਾ ਸੀ ਹਫਤੇ ਕੋ ਤੱਕ ਜੋਰਜ ਨੂੰ 6 ਹਫਤਿਆਂ ਲਈ ਭੇਜਣ ਲਈ ਪੇਪਰ ਤਿਆਰ ਕਰਕੇ ਉਹਦੀ ਮਾਂ ਦੇ ਦਸਖਤ ਕਰਾਉਣ ਲਈ ਮੈਂ ਫੋਨ ਕਰਕੇ ਉਹਨੂੰ ਸਕੂਲ ਸੱਦਿਆ ਮੈਨੂੰ ਦੇਖਦਿਆਂ ਸਾਰੂ ਰੋ ਪਈ ਤੇ ਕਹਿਣ ਲੱਗੀ ਮੈਂ ਹੁਣ ਕੀ ਕਰਾਂ ਮੈਨੂੰ ਕੁਝ ਨਹੀਂ ਪਤਾ ਲੱਗਦਾ ਮੈਂ ਜਦੋਂ ਜੋਰਜ ਨੂੰ ਕੁਝ ਕਹਿੰਦੀ ਆ ਮੈਨੂੰ ਅੱਗੋਂ ਗਾਲਾਂ ਕੱਢਦਾ ਸਕੂਲੋਂ ਘਰ ਜਾ ਕੇ ਉਸੇ ਵਕਤ ਬਾਹਰ ਚਲਾ ਜਾਂਦਾ ਤੇ ਰਾਤ ਦੇ 10 11 ਵਜੇ ਆ ਕੇ ਸੌਂਦਾ ਹੈ ਮੈਂ ਬਹੁਤ ਵੱਡੀ ਗਲਤੀ ਕੀਤੀ ਜਦੋਂ ਇਹਨੂੰ ਇਹਦੇ ਪਿਓ ਕੋਲ ਰਹਿਣ ਲਈ ਭੇਜ ਦਿੱਤਾ ਸੀ ਪਿਓ ਆਪਣੀ ਗਰਲਫ੍ਰੈਂਡ ਨਾਲ ਬਾਹਰ ਚਲਾ ਜਾਂਦਾ ਸੀ ਜਾਰਜ ਵੀ ਗਲਤ ਲੋਕਾਂ ਨਾਲ ਜਰ ਰਲਿਆ ਪਹਿਲਾਂ ਪਹਿਲਾਂ ਤਾਂ ਜਾਰਜ ਜਦੋਂ ਇਕੱਲਾ ਘਰ ਹੁੰਦਾ ਸੀ ਸਾਰਾ ਸਮਾਂ ਕੰਪਿਊਟਰ ਦੇ ਗੇਮਾਂ ਖੇਡਣ 'ਚ ਬਰਬਾਦ ਕਰਦਾ ਸੀ ਫਿਰ ਗਲਤ ਲੋਕਾਂ ਨਾਲ ਜਾ ਰਲਿਆ ਇੱਕ ਰਾਤ ਮੈਨੂੰ ਲੜਖੜਾਉਂਦੀ ਆਵਾਜ਼ ਤੇ ਜੋਰਜ ਦਾ ਫੋਨ ਆਇਆ ਕਿ ਮੈਨੂੰ ਕੁਝ ਹੁੰਦਾ ਜਾਂਦਾ ਹੈ ਜਦੋਂ ਮੈਂ ਇਹਦੇ ਕੋਲ ਪਹੁੰਚੀ ਤਾਂ ਇਕੱਲਾ ਸੀ ਤੇ ਲੱਗਦਾ ਸੀ ਇਹਨੇ ਕੁਝ ਗਲਤ ਖਾ ਲਿਆ ਮੈਨੂੰ ਹਸਪਤਾਲ ਲੈ ਗਈ ਪਤਾ ਲੱਗਾ ਇਹਨੇ ਡਰੱਗ ਜ਼ਿਆਦਾ ਖਾਦੀ ਹੋਈ ਹੈ ਉਸ ਤੋਂ ਬਾਅਦ ਇਹਨੂੰ ਮੈਂ ਵਾਪਸ ਆਪਣੇ ਕੋਲ ਲਿਆਈ ਇਸ ਕਰਕੇ ਤਾਂ ਮੈਂ ਤੇਰੇ ਕੋਲ ਭੇਜਿਆ ਸੀ ਕਿ ਸ਼ਾਇਦ ਤੇਰਾ ਹੀ ਇਹ ਤੇ ਕੋਈ ਅਸਰ ਹੋ ਜਾਏ ਤੇ ਸਿੱਧੇ ਰਸਤੇ ਪੈ ਜਾਏ ਪਰ ਮੇਰੇ ਕੋਲ ਆ ਕੇ ਵੀ ਇਹ ਬਾਹਰ ਰਾਤ ਦੇ ਹਨੇਰੇ 'ਚ ਗਲਤ ਲੋਕਾਂ ਨਾਲ ਘੁੰਮਦਾ ਰਹਿੰਦਾ ਹੈ। ਸਾਰੇ ਪੇਪਰਾਂ ਤੇ ਦਸਖਤ ਕਰਾ ਕੇ ਅਪ੍ਰੈਲ ਦੇ ਅਖੀਰ ਤੇ ਜੋਰਜ ਨੂੰ 6 ਹਫ਼ਤੇ ਦੇ ਪ੍ਰੋਗਰਾਮ ਵਾਸਤੇ ਭੇਜ ਦਿੱਤਾ ਤੇ ਜੂਨ ਦੇ ਅੱਧ ਵਿੱਚ ਉਹਨੇ ਵਾਪਸ ਕਲਾਸ ਛੋਣਾ ਸੀ। ਮੇਰੇ ਨਾਲੋਂ ਕਲਾਸ ਦੇ ਬੱਚੇ ਜ਼ਿਆਦਾਤਰ ਖਬਰਦਾਰ ਸਨ। ਜੂਨ ਚੜ੍ਹਦੇ ਅਸਾਰ ਹੀ ਉਹਨਾਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜੋਰਜ ਕਦੋਂ ਆ ਰਿਹਾ ਹੈ। ਜੂਨ ਦੇ ਦੂਜੇ ਹਫ਼ਤੇ ਪਤਾ ਲੱਗਾ ਉਹਨੇ ਉਸ ਪ੍ਰੋਗਰਾਮ ਵਿੱਚ ਕੁਝ ਸਮਾਂ ਹੋਰ ਰਹਿਣਾ ਹੈ। ਇੱਕ ਦਿਨ ਇੱਕ ਬੱਚਾ ਮੇਰੇ ਕੋਲ ਆ ਕੇ ਕਹਿਣ ਲੱਗਾ জর্জ ਨੇ ਕਦੋਂ ਵਾਪਸ ਆਣਾ ਮੈਨੂੰ ਕੀ ਪਤਾ ਨਹੀਂ ਕਹਿਣ ਲੱਗਾ ਜੇ ਉਹ ਫੇਰ ਉਸੇ ਤਰ੍ਹਾਂ ਬਿਨਾਂ ਬਦਲੇ ਹੀ ਆ ਗਿਆ ਤਾਂ ਫਿਰ ਕੀ ਕਰਾਂਗੇ ਸੁਣ ਕੇ ਮੈਂ ਵੀ ਅਨਿਸ਼ਚਿਤ ਜਈ ਹੋ ਗਈ ਖਿਲਰੇ ਹੋਏ ਇਰਾਦੇ ਨੂੰ ਇਕੱਠਿਆਂ ਕਰਦੀ ਬੋਲੀ ਨਹੀਂ ਉਹ ਠੀਕ ਹੋ ਕੇ ਆਏਗਾ ਪਤਾ ਨਹੀਂ ਮੈਂ ਸੱਚ ਕਹਿ ਰਹੀ ਸੀ ਜਾਂ ਸਿਰਫ ਆਪਣੇ ਆਪ ਨੂੰ ਤਸੱਲੀ ਦੇ ਰਹੀ ਸੀ ਧੰਨਵਾਦ ਸਮਾਪਤ